ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਵਿਆਹਿਆ ਹੋਇਆ? ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹਿਆ ਹੋਇਆ? ਏਦਾਂ ਤਾਂ ਮੈਨੂੰ ਵੀ ਦੇਖ ਕੇ ਨੀ ਪਤਾ ਲੱਗਦਾ ਹੋਣਾ ਵੀ ਮੈਂ ਵਿਆਹਿਆ ਹੋਇਆ। ਤੁਹਾਡੀ ਤਾਂ ਬੇਟੀ ਖੜੀ ਹੈ ਨਾ ਜੀ। ਬਹਿ ਜਾਤੀ ਹੈ, ਹੁਣ ਲੱਗਦਾ ਮੈਂ ਵਿਆਹਿਆ ਹੋਇਆ। ਮੇਰੀ ਇਹ ਧੀ ਨਾ ਲੱਕੀ ਡੌਲ ਹੈ। ਇਹਨੂੰ ਗੌਰ ਨਾ ਵੇਖੋ, ਡੌਲ ਨਹੀਂ ਡੌਲ ਫਿਨ ਹੈ। ਇਹਨੂੰ ਨੱਕ ਤੇ ਰੱਖ ਕੇ ਫੁੱਟਬਾਲ ਘੁਮਾਉਣਾ ਸਿਖਾਓ, ਇਹਦਾ ਤਾਂ ਸ਼ੋਅ ਬੜਾ ਚੱਲੇ। ਜਸ ਯਾਰ ਮੈਨੂੰ ਤਾਲੀ ਗੱਲ ਹੈ, ਰਹਿਣ ਦੇ ਯਾਰ, ਮੈਂ ਤੈਨੂੰ ਕੋਈ ਹੋਰ ਐਨ ਆਰ ਆਈ ਕੁੜੀ ਲੱਭ ਦੂੰ। ਤੂੰ ਹੌਲੀ ਬੋਲ, ਕਿਸੇ ਨੇ ਦੇਖ ਲਿਆ ਪੰਗਾ ਪੈ ਜੂ। ਬਸ ਮੇਰੇ ਵਾਂਗੂ ਮੱਝ ਦੀ ਆਵਾਜ਼ ਕੱਢ। ਘਰ ਦਾ ਟਾਈਮ ਹੋ ਗਿਆ, ਬਾਲਟੀ ਲੈ ਕੇ ਆ ਗਈ। ਚੁੱਪ ਕਰਕੇ ਦੁੱਧ ਦੇ ਦੇ, ਮੈਂ ਸੋ ਰਿਹਾ, ਵੇਰ ਕਾਤਾ ਲਿਆਉਂਦਾ ਨਾ। ਚੱਕਰ ਚੱਲਦਾ ਮੇਰਾ ਕਿਤੇ। ਕੀ ਕਿਹਾ? ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਹੋਣੇ, ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲ। ਕਾਕਾ ਜੀ ਦੀਆਂ ਹੌਬੀਜ਼ ਕੀ ਨੇ? ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ, ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਹਰਾ ਚੱਕ ਕੇ ਇੱਥੇ ਰੱਖਣਾ। ਕਿਸੇ ਵੀ ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਭ ਤੇਰੇ ਡੈਡੀ ਆ, ਤੇ ਢਿੱਲੋਂ ਸਭ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ। ਖੜ ਜਾ ਮੀਤ ਮੇਰੇ ਡੈਡੀ ਆ ਤੇ ਢਿੱਲੋਂ ਸਾਹਿਬ ਕਿਹਦੇ ਘਰ ਵਾਲੀ? ਕਿੰਨੀ ਦੇਰ ਆ ਕੰਮ ਚੱਲੂ? ਬਈ ਜਿੰਨੀ ਦੇਰ ਹੁਣ ਚੱਲੂਗਾ, ਚਲਾਉਣਾ ਹੀ ਪੈਣਾ ਵਾ। ਉਹ ਭਰਾਵਾ ਛੇਤੀ ਤੂੰ ਭਰਜਾਈ ਨੂੰ ਲੈ ਕੇ ਇੱਥੋਂ ਨਿਕਲ ਯਾਰ, ਹੁਣ ਖੜੇ ਪੈਰੀ ਲੈ ਕੇ ਕਿਵੇਂ ਨਿਕਲ ਜਾ? ਥੱਲੇ ਬੈਠ ਲੈ, ਹੁਣ ਬੈਠੇ ਪੈਰੀ ਹੋ ਗਿਆ, ਹੁਣ ਨਿਕਲ। ਢਿੱਲੋਂ ਸਾਹਿਬ, ਅੱਜ ਬਿੱਲੂ ਕੱਲਾ ਨਹੀਂ, ਇੱਕ ਧੀ ਦਾ ਬਾਪ ਵੀ ਆਇਆ। ਬੁਲਾਓ ਫਿਰ ਉਹਨਾਂ ਨੂੰ। ਧੀ ਦਾ ਬਾਪ ਮੈਂ ਹੀ ਹਾਂ ਸਰ। ਤੇਰੇ ਪਤੀ ਦੀ ਲੱਤਾਂ ਗਈਆਂ ਵਿੱਚ, ਤੇਰਾ ਪਤੀ ਲੈਗ ਆਊਟ ਹੋ ਗਿਆ। ਤੁਸੀਂ ਕੀ ਕਹਿ ਰਹੇ ਹੋ ਜਸ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਬਿਨਾਂ ਲੱਤਾਂ ਵਾਲੇ ਪਤੀ ਦਾ ਤੂੰ ਕੀ ਕਰੇਂਗੀ? ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਪੱਟਿਆ ਤੇ ਐ ਚੱਲਦਾ? ਸਾਲੀ ਗੰਦੀ ਔਲਾਦ, ਨਮਜ਼ਰਾ ਸਵਾਦ, ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਹਰੇ ਹੁਣ ਐ ਕੀਤਾ। ਪਿੱਛੇ ਕਰਾਂ ਸਾਲਿਆ ਡਮਰੂ।